ਹਾਂਜੀ ਗੁਰੂ ਪਿਆਰੀ ਸਤਸੰਗ ਜੀਓ, ਆਪਾਂ ਜਿੱਦਾਂ ਕੱਲ ਵਾਲਾ ਵਿਸ਼ਾ ਚੱਲ ਰਿਹਾ ਸੀ ਉਹਦੇ ਨਾਲ ਹੀ ਯਾਰ ਰਲਦਾ ਮਿਲਦਾ, ਜਿੱਦਾਂ ਕੱਲ ਆਪਾਂ ਸਾਂਝ ਪਾਈ ਸੀ ਨਾ ਵੀ ਆਪਾਂ ਬੱਚਿਆਂ ਦੀ ਪੜ੍ਹਾਈ ਬਾਰੇ ਕੁਛ ਉੱਧਰਲਾ ਉਪਰਾਲਾ ਕਰਨਾ, ਵਿੱਦਿਆ ਵਿਚਾਰੀ ਤਾਂ ਪਰਉਪਕਾਰੀ। ਇਹ ਵਿੱਦਿਆ ਦੀ ਵਿਚਾਰ ਜਿਹੜੀ ਕਰਨੀ ਇਹ ਵੀ ਇੱਕ ਪਰਉਪਕਾਰ ਆ, ਪਰ ਵਿਚਾਰ ਆਪਾਂ ਕਿਹਦੇ ਨਾਲ ਕਰਾਂਗੇ? ਜੇ ਕੋਈ ਪੜੂਗਾ ਤੇ ਤਾਂ ਹੀ ਕਰਾਂਗੇ ਨਾ। ਕੱਲ ਵਿਚਾਰ ਅਖੀਰ ਤੇ ਸਮਾਪਤੀ ਤੇ ਹੋਈ ਸੀਗੀ ਕਿ ਬੱਚਾ ਬਹੁਤ ਗਰੀਬ ਪਰਿਵਾਰ ਵਿੱਚ ਉਹਨੇ ਜਨਮ ਲੈ ਲਿਆ, ਘਰਦਿਆਂ ਦੇ ਕੋਲ ਇੰਨੇ ਹੈ ਨਹੀਂ ਪੈਸੇ ਵੀ ਉਹਦੀ ਵਧੀਆ ਪੜ੍ਹਾਈ ਕਰਾ ਸਕਣ, ਤੇ ਉਹਦੇ ਵੱਲ ਆਪਾਂ ਨੂੰ ਵੱਧ ਤੋਂ ਵੱਧ ਆਪਾਂ ਧਿਆਨ ਦਈਏ ਰਲ ਮਿਲ ਕੇ। ਕਿਤੇ ਆਪਾਂ ਕਿਤੇ 10-10 ਜਾਂ 100-100 ਰੁਪਈਆ ਵੀ ਨਹੀਂ ਕੱਢ ਸਕਦੇ ਹੁਣ ਦੇ ਸਮੇਂ 'ਚ ਨਾ। ਇਹ ਵੱਧ ਤੋਂ ਵੱਧ ਇੱਧਰਲੇ ਪਾਸੇ ਨੂੰ ਜ਼ਰੂਰੀ ਧਿਆਨ ਦੇਣਾ ਪੈਣਾ ਆਪਾਂ ਨੂੰ, ਜੇ ਆਪਾਂ ਆਉਣ ਵਾਲਾ ਸਮਾਂ ਆਪਣਾ ਕਹੀਏ ਵੀ ਸਾਡੇ ਬੱਚੇ ਸੁਧਰਨ, ਸਾਡੇ ਬੱਚੇ ਸਹੀ ਰਹਿਣ। ਬਹੁ ਗਿਣਤੀ ਬੱਚੇ ਨੇ ਜ਼ਿਆਦਾ ਕੀਤੀ ਤੇ ਆਪਾਂ ਕਹਿਣਾ ਕੋਈ ਗੱਲ ਨਹੀਂ, ਹੁਣ ਨਹੀਂ ਮੰਨਦਾ ਤੇ ਕਿੱਦਾਂ ਪੜ੍ਹਾ ਲਈਏ, ਆਪਾਂ ਹਟਾ ਲਈਦਾ ਬੱਚੇ ਨੂੰ। ਇਸ ਕਰਕੇ ਚੀਜ਼ ਦਾ ਆਪਾਂ ਧਿਆਨ ਰੱਖਣਾ ਆ, ਤੇ ਉਹਦੇ ਬਾਰੇ ਆਪਾਂ 1-2 ਉਦਾਹਰਨਾਂ ਸਾਂਝੀਆਂ ਕਰਦੀਆਂ, ਜਿਹਦੇ ਵਿੱਚ ਆਪਾਂ ਨੂੰ ਇਹ ਸਮਝ ਆਵੇ ਕਿ ਆਪਾਂ ਕੋਈ ਵੀ ਪਰਉਪਕਾਰ ਕਰਦੇ ਹਾਂ, ਕੁਛ ਵੀ ਕਰਦੇ ਹਾਂ, ਤੇ ਉਹਦਾ ਆਪਣੇ ਤੱਕ ਵੀ ਕੋਈ ਫਾਇਦਾ ਪਹੁੰਚਦਾ ਆ। ਜੇ ਆਪਾਂ ਕਿਸੇ ਦਾ ਭਲਾ ਕਰਦੇ ਹਾਂ, ਜੇ ਬੱਚੇ ਦੀ ਪੜ੍ਹਾਈ ਕਰਾਉਂਦੇ ਹਾਂ, ਤੇ ਉਹਦਾ ਆਪਣੇ ਤੱਕ ਵੀ ਕੋਈ ਭਲਾ ਪਹੁੰਚਦਾ। ਜੇ ਆਪਾਂ ਆਪਣੀ ਮਾਇਆ ਦੇ ਵਿੱਚੋਂ ਕੁਛ ਚੰਗੇ ਪਾਸੇ ਲਾਉਂਦੇ ਤੇ ਉਹ ਆਪਣਾ ਵੀ ਭਲਾ ਹੁੰਦਾ। ਅੱਛਾ, ਇਹ ਹੁਣ ਧਿਆਨ ਨਾਲ ਸੁਣੇ। ਇੱਕ ਦੁਕਾਨ ਤੇ ਸ਼ਾਹੂਕਾਰ ਦੀ ਦੁਕਾਨ ਆ, ਤੇ ਉਹਦੇ ਇੱਕ ਨੌਕਰ ਲੱਗਾ ਹੋਇਆ। ਉਹ ਨੌਕਰ ਨੂੰ ਜਿੰਨੀ ਤਨਖਾਹ ਮਿਲਦੀ ਸੀਗੀ, ਉਹ ਜਿੰਨੀ ਕੁ ਉਹ ਮਹੀਨੇ ਵਿੱਚ ਵਰਤਦਾ ਸੀ, ਉਨੀ ਵਰਤ ਕੇ ਜਿਹੜੇ ਬਾਕੀ ਪੈਸੇ ਸੀਗੇ ਨਾ, ਉਹ ਭਲੇ ਕੰਮਾਂ ਵਿੱਚ ਲਾਉਂਦਾ ਸੀ, ਚੰਗੇ ਪਾਸੇ। ਤੇ ਉਹਨੇ ਇੰਨਾ ਵਧੀਆ ਜਿਹੜਾ ਕਰਮ ਕਰਨਾ ਤੇ ਉਹਦੇ ਮਾਲਕ ਨੂੰ ਪਸੰਦ ਨਹੀਂ ਸੀ। ਉਹ ਕਾਹਤੋਂ, ਮਾਲਕ ਦੇ ਕੋਲ ਲੱਖਾਂ ਕਰੋੜਾਂ ਰੁਪਈਆ ਸੀ, ਉਹ ਇੱਧਰਲੇ ਪਾਸੇ ਲਾਉਂਦਾ ਨਹੀਂ ਸੀ। ਉਹਨੇ ਇਹਨੂੰ ਸਮਝਾਇਆ, ਉਹ ਕਹਿੰਦਾ ਤੂੰ ਮੂਰਖ ਆ, ਤੂੰ ਕਮਲਾ ਆ, ਨੌਕਰ ਨੂੰ ਕਹਿੰਦਾ। ਉਹ ਕਹਿੰਦਾ ਜੀ ਕਾਹਤੋਂ? ਉਹ ਕਹਿੰਦਾ ਕਿ ਦੇਖ, ਤੂੰ ਪੈਸੇ ਤੈਨੂੰ ਮਿਲਦੇ ਆ ਤੇ ਤੂੰ ਆਪਣੇ ਵਾਸਤੇ ਰਾਸ਼ਨ ਪਾਣੀ ਲਿਆ ਕੇ ਬਾਕੀ ਸਾਰੇ ਜਿਹਨਾਂ ਨੂੰ ਜ਼ਰੂਰਤ ਆ ਉਹਨਾਂ ਨੂੰ ਦੇ ਦਿੰਦਾ ਆ, ਤੇਰੇ ਤੋਂ ਵੱਡਾ ਕੋਈ ਮੂਰਖ ਨਹੀਂ ਹੋਣਾ। ਪਰ ਉਹ ਆਪਣੇ ਆਨੰਦ 'ਚ ਰਿਹਾ, ਜਿਹੜੇ ਰੱਬ ਦੇ ਪਿਆਰੇ ਹੁੰਦੇ ਆ ਨਾ, ਜਿਹੜੇ ਸਿੱਧੇ ਰਾਹ 'ਤੇ ਤੁਰ ਪੈਂਦੇ ਕਿਸੇ ਮਿਸ਼ਨ ਵਾਸਤੇ, ਉਹ ਆਪਣਾ ਕਦੀ ਰਾਹ ਨਹੀਂ ਬਦਲਦੇ। ਜੋ ਮਰਜ਼ੀ ਕੋਈ ਕਹੀ ਜਾਵੇ, ਸਿਮਰਨ ਕਰਨ ਵਾਲਾ ਸਿਮਰਨ ਨਹੀਂ ਛੱਡਦਾ ਜਿਹੜਾ ਅੰਦਰੋਂ ਜੁੜ ਚੁੱਕਾ। ਅੱਗੇ ਵੀ ਆਪਾਂ ਵਿਚਾਰ ਕੀਤੀ ਆ ਕਿ ਭਗਤ ਨਾ ਛੱਡੋ ਰਾਮ ਕੀ, ਭਾਵੇਂ ਨਿੰਦਾ ਲੋਕ, ਭਾਵੇਂ ਸਾਰਾ ਜਗਤ ਨਿੰਦਿਆ ਕਰਨ ਲੱਗ ਪਵੇ, ਤੇ ਭਗਤੀ ਕਰਨ ਵਾਲੇ ਕਿਤੇ ਰੱਬ ਦੀ ਭਗਤੀ ਥੋੜ੍ਹੇ ਛੱਡ ਦਿੰਦੇ ਆ ਕਰਨ, ਹੈ ਨਾ। ਤੇ ਇਸੇ ਤਰ੍ਹਾਂ ਉਹ ਜਿਹੜਾ ਪਿਆਰ ਆ ਉਹ ਪਰਉਪਕਾਰ ਕਰਦਾ ਹੀ ਰਿਹਾ। ਜਿਹਨੂੰ ਜਿੱਥੇ ਜ਼ਰੂਰਤ ਹੁੰਦੀ ਸੀ, ਕਿਸੇ ਬੱਚੇ ਦੀ ਪੜ੍ਹਾਈ ਵਿੱਚ ਜ਼ਰੂਰਤ ਆ, ਉਹਨੂੰ ਦੇਣਾ, ਭਾਵੇਂ ਅਗਲਾ 100 ਰੁਪਈਏ ਦਿੰਦਾ ਹੋਵੇ, ਦਿੰਦਾ ਤਾਂ ਸੀ ਨਾ। ਜਿੱਦਾਂ ਕਹਿੰਦੇ ਵੀ ਜਾਣੀ ਕਿਤੇ ਅੱਗ ਲੱਗੀ ਸੀ, ਅੱਗੇ ਲੱਗੀ ਸੀ ਤਾਂ ਸਾਰੇ ਪਾਣੀ ਲੈ ਕੇ ਜਾ ਰਹੇ ਆ, ਕਿ ਸਮਝਣ ਵਾਸਤੇ ਆ ਉਦਾਹਰਨ, ਸਾਰੇ ਪਾਣੀ ਲਿਜਾਂਦੇ ਭਜਾਉਣ ਵਾਸਤੇ। ਕੀੜੀ ਵੀ ਕਹਿੰਦੇ ਮੂੰਹ ਵਿੱਚ ਭਰ ਕੇ ਲਿਜਾ ਰਹੀ ਹੈ ਪਾਣੀ, ਤੇ ਉਹਨੂੰ ਕਿਸੇ ਨੇ ਪੁੱਛਿਆ ਕਹਿੰਦੇ ਵੀ ਤੇਰੀ ਇਸ ਪਾਣੀ ਨਾਲ ਤੇਰੇ ਨਾਲ ਵੀ ਅੱਗ ਬੁੱਝੂ? ਉਹ ਕਹਿੰਦੇ ਵੀ ਨਹੀਂ। ਉਹ ਕਹਿੰਦੇ ਫਿਰ ਇੱਦਾਂ ਕਿਉਂ ਕਰਦੀਆਂ? ਉਹ ਕਹਿੰਦੇ ਵੀ ਜਦੋਂ ਇੱਕ ਦਿਨ ਲੇਖਾ ਜੋਖਾ ਹੋਣਾ ਨਾ, ਤੇ ਉਦੋਂ ਅੱਗ ਲਾਉਣ ਵਾਲਿਆਂ ਦੀ ਇੱਕ ਤਾਰ ਹੋਣੀ ਤੇ ਇੱਕ ਬੁਝਾਉਣ ਵਾਲਿਆਂ ਦੀ, ਭਾਵੇਂ ਮੇਰੇ ਪਾਣੀ ਨਾਲ ਕੱਖ ਨਹੀਂ ਹੋਇਆ ਹੋਣਾ, ਪਰ ਮੈਂ ਕਤਾਰ ਉਸ 'ਚ ਖੜੀ ਹੋਊਂਗੀ ਜਿਹੜੇ ਅੱਗ ਬੁਝਾਉਣ ਵਾਲੇ ਸੀ, ਕਿਉਂਕਿ ਮੈਂ ਉਪਰਾਲਾ ਤੇ ਕੀਤਾ ਨਾ, ਤੁਰੀ ਤੇ ਹੈ ਨਾ ਉੱਧਰ ਨੂੰ। ਇਸੇ ਕਰਕੇ ਜਿਹੜੇ ਭਲੇ ਕੰਮ ਹੁੰਦੇ ਆ ਨਾ, ਇਹਦਾ ਇੱਕ ਦਿਨ ਜਦੋਂ ਚੰਗੇ ਕੰਮਾਂ ਦਾ ਬੁਰੇ ਕੰਮਾਂ ਦਾ ਲੇਖਾ ਜੋਖਾ ਹੋਇਆ, ਤੇ ਭਲੇ ਕੰਮ ਆਪਣਾ ਸਾਥ ਨਿਭਾਉਂਦੇ ਆ, ਚੰਗੇ ਕੰਮ ਆਪਣਾ ਸਾਥ ਨਿਭਾਉਂਦੇ ਹੁੰਦੇ ਆ ਪੱਕੇ। ਇਸੇ ਤਰ੍ਹਾਂ ਇਹਨੇ ਚਲੋ ਭਾਵੇਂ 100 ਰੁਪਈਏ ਕਿਸੇ ਨੂੰ ਦੇਣਾ, ਕਿਸੇ ਦੀ ਪੜ੍ਹਾਈ ਵਾਸਤੇ ਹੌਲੀ ਹੌਲੀ ਜੋੜ ਕੇ, ਜਾਂ ਕਿਤਾਬ ਲੈ ਦੇਣੀ, ਜਾਂ ਬੱਚੇ ਦੀ ਫੀਸ ਤਾਰ ਦੇਣੀ, ਇੱਦਾਂ ਦੇ ਕੰਮ ਕਰਨੇ। ਜਦੋਂ ਮਾਲਕ ਦੇ ਕਹਿ ਦੇ ਹੁਣ ਹਟਿਆ ਨਹੀਂ, ਤਾਂ ਮਾਲਕ ਨੇ
ਫਿਰ ਦੋ ਤਿੰਨ ਵਾਰੀ ਕਿਹਾ, ਫਿਰ ਆਪਣੇ ਆਨੰਦ ਚ ਸੇਵਾ ਕਰਦਾ ਰਿਹਾ। ਤੇ ਇੱਕ ਦਿਨ ਮਾਲਕ ਨੇ ਨਾ ਇਹਨੂੰ ਕਿਹਾ, ਕਹਿੰਦਾ ਕਿ ਤੂੰ ਸਭ ਤੋਂ ਵੱਡਾ ਮੂਰਖ ਆ, ਆ ਲੈ ਫੜ ਸੋਟੀ, ਇਹ ਤੂੰ ਮੂਰਖ ਆ ਤੈਨੂੰ ਤਾਂ ਫੜਾਈ ਆ, ਜੇ ਤੇਰੇ ਤੋਂ ਵੱਡਾ ਕੋਈ ਮੂਰਖ ਮਿਲੇ ਤੇ ਇਹ ਸੋਟੀ ਉਹਨੂੰ ਫੜਾ ਦੇ। ਤੇ ਮੁੜ ਕੇ ਫਿਰ ਉਹਦੇ ਕੰਮ ਤੇ ਜਾਂਦਾ ਰਿਹਾ ਇਹ, ਪਰ ਉਪਕਾਰ ਕਰਦਾ ਰਿਹਾ। ਸਮਾਂ ਬੀਤਿਆ, ਮਾਲਕ ਨੇ ਟੀਚਰ ਨਾਲ ਪੁੱਛਣਾ, ਉਹ ਤੇਰੇ ਤੋਂ ਵੱਡਾ ਕੋਈ ਮੂਰਖ ਮਿਲਿਆ? ਇਹਨੇ ਹੱਥ ਜਿਹੜਾ ਕਹਿਣਾ, ਨਹੀਂ ਮਹਾਰਾਜ, ਵੀ ਮੈਨੂੰ ਮੇਰੇ ਤੋਂ ਵੱਡਾ ਕੋਈ ਮੂਰਖ ਨਹੀਂ ਮਿਲਿਆ। ਤੇ ਉਹਨੇ ਹੱਸ ਪੈਣਾ, ਕਹਿਣਾ ਤੇਰੇ ਤੋਂ ਵੱਡਾ ਮੂਰਖ ਹੋਣਾ ਵੀ ਨਹੀਂ ਕੋਈ, ਜਿਹਨੂੰ ਥੋੜ੍ਹੀ ਜਿਹੀ ਤਨਖਾਹ ਮਿਲਦੀ ਆ ਆਪਣਾ ਖਾਣੇ ਦਾਣੇ ਦਾ ਦੇਖ ਕੇ, ਅਤੇ ਬਾਕੀ ਸਾਰਾ ਹੀ ਵੰਡ ਦਿੰਦਾ ਬਾਕੀਆਂ ਦੇ ਵਿੱਚ, ਜਿਹੜਾ ਆਪਣਾ ਸੋਚਦਾ ਨਹੀਂ ਉਹ ਸਭ ਤੋਂ ਵੱਡਾ ਮੂਰਖ ਹੁੰਦਾ, ਇਹ ਉਹਦੇ ਮਾਲਕ ਦਾ ਕਹਿਣਾ ਸੀ। ਸਮਾਂ ਹੋਰ ਬੀਤੀ ਗਿਆ ਬੀਤੀ ਗਿਆ, ਮਾਲਕ ਦਾ ਆਖਰੀ ਸਮਾਂ ਆ ਗਿਆ, ਉਹਨੂੰ ਪਤਾ ਵੀ ਹੁਣ ਮੇਰੇ ਥੋੜ੍ਹੇ ਸਾਹ ਬਾਕੀ ਆ, ਵੀ ਡਾਕਟਰਾਂ ਨੇ ਜਵਾਬ ਦੇ ਦਿੱਤਾ ਆ। ਅਤੇ ਇਹ ਪਤਾ ਲੈਣ ਵਾਸਤੇ ਗਿਆ ਨੌਕਰ, ਅਤੇ ਨੌਕਰ ਕੋਲ ਜਾ ਕੇ ਮਾਲਕ ਦੇ ਹਾਲ ਚਾਲ ਪੁੱਛਣ ਲੱਗ ਪਿਆ। ਅਤੇ ਉਹ ਕਹਿੰਦਾ ਵੀ ਹਾਲ ਚਾਲ ਹੁਣ ਤੈਨੂੰ ਕੀ ਦੱਸਾਂ, ਵੀ ਹੁਣ ਤਾਂ ਆਖਰੀ ਸਮਾਂ ਆ, ਵੀ ਥੋੜ੍ਹੇ ਸਮੇਂ ਤੱਕ ਇਸ ਸੰਸਾਰ ਨੂੰ ਮੈਂ ਛੱਡ ਕੇ ਚਲਿਆ ਜਾਣਾ। ਕਹਿੰਦਾ ਜੀ ਵੀ ਇੱਦਾਂ ਕਰਿਓ ਕਿ ਤੁਸੀਂ ਮਾਇਆ ਬਹੁਤ ਕਮਾਈ ਆ, ਵੀ ਉਹਨੂੰ ਨਾਲ ਲੈ ਜੀ। ਉਹ ਕਹਿੰਦਾ ਮੂਰਖਾ, ਇਹ ਨਾਲ ਨਹੀਂ ਕਹੋ ਜਾਂਦਾ ਹੁੰਦਾ। ਉਹ ਕਹਿੰਦਾ ਜੀ ਇੰਨਾ ਧਨ ਕਮਾਇਆ ਕੁਛ ਤੇ ਲੈ ਕੇ, ਚਲੋ ਇੱਦਾਂ ਕਰੋ ਤੁਸੀਂ ਨੌਕਰ ਬਹੁਤ ਰੱਖੇ, ਜਿਹਨਾਂ 'ਤੇ ਹੁਕਮ ਚਲਾਉਂਦੇ ਸੀ ਉਹ ਨੌਕਰਾਂ ਨਾਲ ਲੈ ਜਾਓ। ਉਹ ਕਹਿੰਦਾ ਤਾਂ ਹੀ ਤੈਨੂੰ ਮੈਂ ਮੂਰਖ ਕਹਿੰਦਾ ਸੀ, ਇਹ ਚੀਜ਼ਾਂ ਕੋਈ ਵੀ ਨਹੀਂ ਨਾਲ ਜਾਂਦੀਆਂ, ਉੱਥੇ ਤਾਂ ਸੂਈ ਵੀ ਨਹੀਂ ਜਾਣੀ ਨਾਲ, ਇਹ ਕੋਈ ਚੀਜ਼ਾਂ ਨਹੀਂ ਨਾਲ ਜਾਂਦੀਆਂ ਹੁੰਦੀਆਂ। ਉਹਨੇ ਫਿਰ ਜਿਹੜਾ ਉਹ ਡੰਡਾ ਫੜਾਇਆ ਸੀ ਸੋਟੀ ਨਾ, ਮਾਲਕ ਨੇ ਇੱਕ ਦਿਨ ਇਹਨੂੰ ਮੂਰਖ ਕਹਿ ਕੇ ਉਹ ਮਾਲਕ ਨੂੰ ਫੜਾ ਦਿੱਤੀ ਉਹਦੇ ਸਵਾਸ ਪੂਰੇ ਹੋਣ ਤੋਂ ਪਹਿਲਾਂ। ਕਹਿੰਦਾ ਜੀ ਫਿਰ ਮੇਰੇ ਤੋਂ ਸਭ ਤੋਂ ਵੱਡੇ ਮੂਰਖ ਤਾਂ ਤੁਸੀਂ ਆ, ਜਿਹਨਾਂ ਨੂੰ ਪਤਾ ਵੀ ਆ ਨਾਲ ਕੁਛ ਨਹੀਂ ਜਾਣਾ, ਪਤਾ ਆਪਾਂ ਨੂੰ ਵੀ ਸਾਰਿਆਂ ਨੂੰ, ਜਿਹਨੂੰ ਪਤਾ ਵੀ ਆ ਨਾਲ ਕੁਛ ਨਹੀਂ ਜਾਣਾ, ਫਿਰ ਵੀ ਇੰਨਾ ਕੁਛ ਇਕੱਠਾ ਕਰੀ ਗਿਆ ਅਤੇ ਵੰਡ ਸਕਿਆ ਹੀ ਨਹੀਂ, ਵਰਤਾ ਸਕਿਆ ਹੀ ਨਹੀਂ, ਭੱਲੇ ਕੰਮਾਂ ਵਿੱਚ ਲਾ ਸਕਿਆ ਹੀ। ਅਤੇ ਉੱਧਰ ਮਾਲਕ ਦੀਆਂ ਅੱਖਾਂ ਵਿੱਚੋਂ ਜਲ ਵਹਿ ਤੁਰਿਆ, ਅਤੇ ਉਹਨੇ ਇੱਕ ਗੱਲ ਕਹੀ, ਕਹਿੰਦਾ ਕਿ ਤੈਨੂੰ ਮੈਂ ਮੂਰਖ ਕਹਿ ਕੇ ਡੰਡਾ ਫੜਾਇਆ ਸੀ, ਸੋਟੀ ਫੜਾਈ ਸੀ, ਅਸਲ ਵਿੱਚ ਤੂੰ ਮੂਰਖ ਹੈ ਹੀ ਨਹੀਂ ਸੀ, ਇਹਦੇ ਕਾਬਲ ਹੀ ਮੈਂ ਸੀ। ਜਾਣੀ ਇਹ ਨਹੀਂ ਕਿ ਆਪਾਂ ਕੋਈ ਕਿਰਤ ਨਹੀਂ ਕਰਨੀ, ਆਪਾਂ ਕੰਮ ਨਹੀਂ ਕਰਨਾ, ਉਹਦੇ ਵਿੱਚੋਂ ਥੋੜ੍ਹੇ ਥੋੜ੍ਹੇ ਰੁਪਈਆ ਰੁਪਈਆ, ਦੋ ਦੋ ਰੁਪਈਏ, ਦਸ ਦਸ ਰੁਪਈਏ, ਵੀਹ ਵੀਹ ਰੁਪਈਏ, ਸੌ ਸੌ ਰੁਪਈਆ ਜੋੜ ਕੇ ਚੰਗੇ ਕਾਰਜ ਵਿੱਚ ਲਾਉਣਾ ਚਾਹੀਦਾ। ਗੁਰੂ ਘਰ ਦੇ ਵਿੱਚ ਆ ਕੇ ਝਾੜੂ ਲਾ ਲਿਆ, ਦਰੀਆਂ ਵਿਛਾ ਲਈਆਂ ਝਾੜ ਕੇ, ਇਹ ਵੀ ਸੇਵਾ, ਕਿਸੇ ਜ਼ਰੂਰਤਮੰਦ ਦੀ ਸੇਵਾ ਕਰ ਲਈ, ਉਹ ਵੀ ਗੁਰੂ ਦੀ ਸੇਵਾ, ਇਹ ਚੇਤੇ ਰੱਖਣਾ, ਭਾਵੇਂ ਦਿਮਾਗ 'ਚ ਵਸਾਉਣੀ ਉਹ ਗੱਲ। ਇਹਦਾ ਫਰਕ ਪੈਂਦਾ ਹੀ ਪੈਂਦਾ, ਪੈਂਦਾ ਹੀ ਪੈਂਦਾ, ਆਪਣੇ ਤੱਕ ਘੁੰਮ ਘੁੰਮ ਕੇ ਪਹੁੰਚਣਾ ਹੀ ਪਹੁੰਚਣਾ ਆ ਚੰਗਾ ਕੰਮ, ਨਾਲੇ ਬਹੁਤ ਗੁਣਾ ਵੱਧ ਕੇ। ਆਪਾਂ ਕੱਲ੍ਹ ਵੀ ਇਸ ਚੀਜ਼ ਦੀ ਵਿਚਾਰ ਕੀਤੀ ਸੀ। ਅੱਛਾ, ਇੱਕ ਛੋਟੀ ਜਿਹੀ ਉਦਾਹਰਨ ਹੋਰ ਸਾਂਝੀ ਕਰਨੀ ਆ ਕਿ ਆਪਣੇ ਜਿਹੜੇ ਚੰਗੇ ਕੰਮ ਆ ਉਹ ਸਾਥ ਕਿੱਥੇ ਤੱਕ ਨਿਭਾਉਂਦੇ। ਜਿੱਦਾਂ ਇੱਕ ਇਨਸਾਨ ਆ ਅਤੇ ਉਹਦੇ ਤਿੰਨ ਦੋਸਤ ਆ, ਉਹ ਤੋਂ ਇਲਾਵਾ ਤਿੰਨ ਦੋਸਤ ਆ ਉਹਦੇ, ਅਤੇ ਉਹਦਾ ਵੀ ਜਦੋਂ ਆਖਰੀ ਸਮਾਂ ਆਇਆ ਨਾ, ਉਹ ਤਿੰਨੇ ਦੋਸਤ ਕੋਲ ਆ ਗਏ। ਇੱਕ ਦੋਸਤ ਕੋਲ ਆ ਕੇ ਕਹਿਣ ਲੱਗਾ, ਕਹਿੰਦਾ ਬਈ ਤੇਰੇ ਮਰਨ ਤੱਕ ਮੈਂ ਤੇਰਾ ਸਾਥ ਨਿਭਾਉਣਾ, ਆਖਰੀ ਸਾਹਾਂ ਤੱਕ ਮੈਂ ਤੇਰਾ ਸਾਥ ਨਿਭਾ ਦੂੰਗਾ। ਕਹਿੰਦਾ ਠੀਕ ਹੈ ਬਈ। ਦੂਸਰਾ ਦੋਸਤ ਕਹਿਣ ਲੱਗਾ ਵੀ ਜਾਣੀ ਤੇਰੇ ਅੰਤਮ ਸੰਸਕਾਰ ਤੱਕ ਮੈਂ ਤੇਰਾ ਸਾਥ ਨਿਭਾਊਂਗਾ, ਜਾਂ ਆਉਣ ਤੱਕ ਤੇਰਾ ਜਿਹੜਾ ਕਿਰਿਆ ਕਰਮ ਕਰਨਾ ਮੈਂ ਉੱਥੇ ਤੱਕ ਤੇਰਾ ਸਾਥ ਨਿਭਾਊਂਗਾ। ਤੀਸਰਾ ਦੋਸਤ ਜਿਹੜਾ ਉਹ ਚੁੱਪ ਖੜਾ ਆ, ਇਹ ਕਹਿੰਦਾ ਵੀ ਤੂੰ ਨਹੀਂ ਮੇਰਾ ਸਾਥ ਨਿਭਾਉਣਾ? ਕਹਿੰਦਾ ਮੈਂ ਤੇਰਾ ਸਾਥ ਉਦੋਂ ਨਿਭਾਉਣਾ ਆ ਜਦੋਂ ਇਹ ਸਾਰੇ ਛੱਡ ਕੇ ਤੈਨੂੰ ਚੱਲ ਗਏ। ਇਹ ਹੁਣ ਮਤਲਬ ਪਤਾ ਕਿ ਜਿਹੜੇ ਤਿੰਨ ਦੋਸਤ ਕੋਈ ਇਨਸਾਨ ਨਹੀਂ ਸੀ। ਪਹਿਲਾ ਦੋਸਤ ਸੀ ਦੌਲਤ, ਮਾਇਆ, ਧਨ,
ਜਿਹੜਾ ਕਹਿੰਦਾ ਸੀ ਮੈਂ ਤੇਰਾ ਮਰਨ ਤੱਕ ਤੇਰਾ ਸਾਥ ਨਿਭਾਊਂਗਾ, ਵੀ ਤੇਰੇ ਜਿੰਨਾ ਤੇਰਾ ਇਲਾਜ, ਜੇ ਘਰਦਿਆਂ ਕੋਈ ਮੇਰਾ ਸਹਾਰਾ ਹੋਇਆ, ਪੈਸਾ ਹੋਇਆ, ਤੇ ਤੇਰੇ ਮਰਨ ਤੱਕ ਤੇਰਾ ਇਲਾਜ ਤੱਕ ਮੈਂ ਤੇਰਾ ਸਾਥ ਨਿਭਾਊਂਗਾ। ਤੇ ਦੂਸਰਾ ਦੋਸਤ ਸੀ ਘਰ ਦੇ ਰਿਸ਼ਤੇਦਾਰ ਸੱਜਣ ਮਿੱਤਰ, ਉਹ ਕਹਿੰਦੇ ਤੇਰੇ ਅੰਤਿਮ ਸੰਸਕਾਰ ਤੱਕ, ਤੇਰੀ ਅੰਤਿਮ ਕਿਰਿਆ ਤੱਕ ਤੇਰਾ ਸਾਥ ਨਿਭਾਵਾਂਗੇ। ਤੇ ਤੀਸਰੇ ਸੀ ਚੰਗੇ ਕਰਮ ਜਿਹੜੇ ਆਪਾਂ ਇੱਥੇ ਕਰਕੇ ਜਾਣੇ, ਉਹ ਕਹਿੰਦੇ ਜਦੋਂ ਇਹ ਸਾਰੇ ਸਾਥ ਛੱਡ ਗਏ ਤੇਰਾ ਮੈਂ ਸਾਥ ਉਦੋਂ ਨਿਭਾਉਣਾ ਮਰਨ ਤੋਂ ਬਾਅਦ ਵੀ, ਉਦੋਂ ਆਪਣੇ ਚੰਗੇ ਕਰਮ ਹੀ ਆਪਣੇ ਨਾਲ ਸਾਥ ਜਾਂਦੇ ਆ, ਨਾਮ ਜਪਿਆ ਹੋਇਆ ਨਾਲ ਜਾਂਦਾ, ਚੰਗੇ ਕਰਮ ਕੀਤੇ ਆਪਣੇ ਨਾਲ ਜਾਂਦੇ, ਸੇਵਾ ਕੀਤੀ ਨਾਲ ਜਾਂਦੀ, ਸਿਮਰਨ ਕੀਤਾ ਨਾਲ ਜਾਂਦਾ। ਤੇ ਆਹ ਜਿਹੜੀ ਆਪਾਂ ਵਿਚਾਰ ਕਰਕੇ ਹਟੇ ਹਾਂ ਇਸ ਵੀਡੀਓ ਦੇ ਵਿੱਚ ਕਿ ਕਿਸੇ ਨਾ ਕਿਸੇ ਦੀ ਮਦਦ ਕਰਨੀ, ਬੱਚੇ ਦੀ ਪੜ੍ਹਾਈ ਵਾਸਤੇ ਕੋਸ਼ਿਸ਼ ਵੱਧ ਤੋਂ ਵੱਧ ਕਰਨੀ, ਇਹ ਜਿਹੜੇ ਚੰਗੇ ਕਰਮ ਇਹ ਵੀ ਆਪਣੇ ਨਾਲ ਹੀ ਜਾਣੇ, ਕਿਸੇ ਦੀ ਜ਼ਿੰਦਗੀ ਬਣ ਗਈ। ਹਾਂ, ਉਹ ਮੋਹਰੇ ਉਹ ਕਿਰਤ ਘੱਟ ਨਿਕਲ ਜਾਵੇ, 20 ਵਾਰੀ ਨਿਕਲ ਜਾਵੇ ਕਿ ਆਪਾਂ ਨੂੰ ਚੇਤੇ ਨਾ ਰੱਖੇ। ਸੇਵਾ ਇਸ ਭਾਵਨਾ ਨਾਲ ਨਹੀਂ ਕਰਨੀ ਕਿ ਆਉਣ ਵਾਲੇ ਸਮਿਆਂ ਵਿੱਚ ਮੇਰੀ ਵਾਹ 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 ਕਰੇ, ਇਸ ਹਿਸਾਬ ਨਾਲ ਨਹੀਂ ਸੇਵਾ ਕਰਨੀ। ਸੇਵਾ ਇਸ ਤਰੀਕੇ ਦੇ ਨਾਲ ਕਰਨੀ ਆ ਕਿ ਇਹ ਕਿਸੇ ਨਾ ਕਿਸੇ ਟਿਕਾਣੇ ਦੇ ਲੱਗ ਜਾਵੇ, ਭਾਵੇਂ ਮੈਨੂੰ ਚੇਤਾ ਹੀ ਨਾ ਰੱਖੇ, ਪਰ ਮਹਾਰਾਜ ਜੀ ਨੂੰ ਤਾਂ ਚੇਤਾ ਨਾ ਕਿ ਤੂੰ ਫਲਾਨੇ ਵਾਸਤੇ ਆ ਕਾਰਜ ਕੀਤਾ ਸੀ, ਲੇਖੇ ਜੋਖੇ ਵਿੱਚ ਉਹ ਤਾਂ ਐਡ ਹੋ ਗਿਆ ਨਾ, ਚੰਗੇ ਪਾਸੇ ਲੱਗ ਗਿਆ ਨਾ। ਤੇ ਬਾਕੀ ਜਿਹੜੇ ਸਾਡੇ ਵੱਲੋਂ ਪਖੰਡ ਰੂਪੀ ਕੀਤੇ ਹੁੰਦੇ ਆ ਕਿ ਅਸੀਂ ਗੁਰੂ ਘਰ ਵਿੱਚ ਇਹਦਾ ਸੇਵਾ ਕਰੀ ਦੀ ਆ, ਇਹ ਨਹੀਂ ਕਰਨੀ ਨਹੀਂ, ਆਪਾਂ ਗੁਰੂ ਘਰ ਵਿੱਚ ਵੱਧ ਤੋਂ ਵੱਧ ਕਰੀਏ, ਮੁੜ ਕੇ ਆਪਣੇ ਨਾਂ ਦੀਆਂ ਪਲੇਟਾਂ ਲਵਾਈ ਦੀਆਂ, 1,000 ਦੀ, 100 ਦੀ, 1,00,000 ਦੀ ਸੇਵਾ ਫਲਾਨੇ ਸਿੰਘ ਵੱਲੋਂ। ਅੱਜ ਕੱਲ੍ਹ ਤਾਂ ਗੁਰੂ ਘਰਾਂ ਵਿੱਚ ਲਿਖਿਆ ਹੁੰਦਾ ਦਾਨੀ ਸੱਜਣਾਂ ਦੇ ਨਾਂ ਲਿਖਿਆ ਹੁੰਦਾ ਨਾ, ਤੇ ਮੈਂ ਕਈ ਵਾਰੀ ਕਹਿੰਦਾ ਨਾ ਗੁਰੂ ਨੂੰ ਦਾਨ ਕੌਣ ਕਰ ਲਓ, ਗੁਰੂ ਨਾਲ ਦਾਨ ਦਾਨ ਦਾ ਜੇ ਆਪਾਂ ਸੋਚੀਏ ਵੀ ਦਾਨ ਕਿਹਨੂੰ ਕੀਤਾ ਜਾਂਦਾ, ਭਿਖਾਰੀ ਨੂੰ, ਗੁਰੂ ਭਿਖਾਰੀ ਥੋੜ੍ਹਾ, ਗੁਰੂ ਤੇ ਦਾਤਾ ਆ ਸਾਰਿਆਂ ਨੂੰ ਦਾਤਾਂ ਦੇਣ ਵਾਲਾ, ਉਹ ਭਗਵਾਨ ਤੇ ਦਾਤਾ ਆ ਸਾਰਿਆਂ ਨੂੰ ਦਾਤਾਂ ਦੇਣ ਵਾਲਾ, ਉਹਨੂੰ ਕਿੱਦਾਂ ਦਾਨ ਕਰ ਦਿਆਂਗੇ। ਉੱਥੇ ਭੇਟਾ ਕਰ ਸਕਦੇ ਹਾਂ, ਤੇ ਕੁਛ ਵੀ ਭੇਟਾ ਕਰਨਾ ਆ ਉਹਦੇ ਵਿੱਚ ਆਪਣਾ ਨਾਮ ਨਹੀਂ ਲਿਖਾਉਣਾ, ਕੋਸ਼ਿਸ਼ ਕਰੋ ਕਿ ਅਰਦਾਸ ਵੀ ਵਿੱਚ ਵੀ ਉਹ ਨਾਮ ਨਾਲ ਲਿਖਾਇਆ ਜਾਵੇ। ਸਤਿਗੁਰੂ ਜੀ ਜੇ ਨਹੀਂ ਜਾਣਦੇ ਫਿਰ ਤਾਂ ਲਿਖਾਈਏ, ਉਹ ਜਿਹੜਾ ਆਪਾਂ ਨਾਂ ਵਾਰ ਵਾਰ ਲੈਣਾ, ਏਦਾਂ ਪੱਥਰ ਆਪਣੇ ਨਾਂ ਦੇ ਲਗਾਉਣੇ, ਉਹ ਸਿਰਫ ਇੱਕ ਹੰਕਾਰ ਦਾ ਪ੍ਰਦਰਸ਼ਨ ਹੁੰਦਾ ਕਿ ਜਾਂ ਜਿੰਨੇ ਜਾਣੇ ਆਉਂਦੇ ਆ ਸਾਰਿਆਂ ਨੂੰ ਪਤਾ ਲੱਗੇ ਕਿ ਇੰਨੀ ਮਾਇਆ ਫਲਾਨੇ ਨੇ ਦਿੱਤੀ ਸੀ। ਇਹ ਚੀਜ਼ਾਂ ਤੋਂ ਪਰੇ ਰਹਿ ਕੇ ਜਦੋਂ ਸੇਵਾ ਕਰਾਂਗੇ ਉਹਨਾਂ ਨੂੰ ਕਿਹਾ ਜਾਂਦਾ ਚੰਗੇ ਕਰਮ। ਜੇ ਦਿਖਾਵੇ ਵਾਲੀਆਂ ਚੀਜ਼ਾਂ ਕੀਤੀਆਂ ਉਹਦੇ ਬਾਰੇ ਫਿਰ ਕਹਿੰਦੇ ਆ ਕਿ ਕਰਮ ਧਰਮ ਪਾਖੰਡ ਜੋ ਦਿਸੈ ਤੇ ਜਮ ਜਾ ਖਾਤੀ ਲੁੱਟੈ। ਇਹ ਜਮਾਂ ਦਾ ਜਿਹੜਾ ਜਗਤ ਆਉਂਦਾ ਨਾ, ਤੇ ਸਾਰੇ ਪਖੰਡ ਰੂਪੀ ਜਿਹੜੇ ਕਰਮ ਧਰਮ ਦੇ ਸਾਰਿਆਂ ਨੂੰ ਲੁੱਟ ਲੈਂਦਾ ਆ, ਤੇ ਸਾਡੇ ਪੱਲੇ ਕੁਛ ਵੀ ਨਹੀਂ ਰਹਿੰਦਾ। ਵੱਧ ਤੋਂ ਵੱਧ ਚੰਗੇ ਕੰਮ ਕਰੀਏ ਜਿਹੜੇ ਇੱਥੇ ਵੀ ਆਪਣੇ ਸਾਥ ਨਿਭਾਉਂਦੇ ਆ, ਤੇ ਮਰਨ ਤੋਂ ਬਾਅਦ ਵੀ ਆਪਣਾ ਸਾਥ ਕਦੇ ਨਹੀਂ ਛੱਡਦੇ।